ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਆਏ ਹੋਏ ਹਾਂ ਜੀ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਅਸਥਾਨ ਆ ਦਿੱਲੀ ਵਿਖੇ, ਅੱਜ ਉੱਥੇ ਆਏ ਹਾਂ ਅਸੀਂ ਜੀ। ਆ ਜਾਓ ਆਪਾਂ ਚੱਲਦੇ ਅੰਦਰ ਨੂੰ, ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਬਾਬਾ ਜੀ ਦਾ ਸ਼ਹੀਦੀ ਅਸਥਾਨ ਆ ਜਿਹੜਾ ਉਹ ਦੇਖਦੇ ਹਾਂ ਜੀ। ਸਾਡੇ ਚੈਨਲ 'ਤੇ ਜੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ। ਆਓ ਚੱਲੀਏ ਜੀ ਆਪਾਂ ਦਰਸ਼ਨ ਕਰਦੇ ਅੰਦਰ ਗੁਰਦੁਆਰਾ ਸਾਹਿਬ ਦੇ ਜੀ। ਇਹ ਅਸਥਾਨ ਕੁਤਬ ਮਿਨਾਰ ਦੇ ਬਿਲਕੁਲ ਪਿੱਛੇ ਮਹਿਰੌਲੀ ਪਿੰਡ ਦੇ ਵਿੱਚ ਪੈਂਦਾ ਆ ਜੀ। ਇਹ ਉਹ ਸਥਾਨ ਆ ਜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਸੀਗੀ ਜੀ। ਸ਼ਹੀਦੀ ਸਥਾਨ ਆ ਜੀ ਇਹ ਦਿੱਲੀ ਦੇ ਵਿੱਚ ਆ। ਇਹ ਅੱਜ ਇਸ ਸਥਾਨ 'ਤੇ ਆਏ ਹਾਂ ਜੀ ਅਸੀਂ ਦਰਸ਼ਨ ਕਰਨ। ਇਹ ਮੇਨ ਆ ਜੀ, ਫਰੰਟ ਆ ਇਹ ਗੁਰਦੁਆਰਾ ਸਾਹਿਬ ਦਾ ਜੀ। ਇਹ ਆਪਾਂ ਗੁਰਦੁਆਰਾ ਸਾਹਿਬ ਜਦੋਂ ਐਂਟਰ ਹੁੰਦੇ ਹਾਂ ਅੰਦਰ ਜੀ, ਸਾਹਮਣੇ ਉੱਚਾ ਨਿਸ਼ਾਨ ਸਾਹਿਬ ਝੂਲਦਾ ਜੀ। ਬਾਬਾ ਜੀ ਨੇ ਬੰਦ ਕਟਾ ਲਿਆ ਪਰ ਈਨ ਨਹੀਂ ਮੰਨੀ ਇਹਨਾਂ ਦੀ ਜੀ। ਬੱਚੇ ਦਾ ਕਲੇਜਾ ਮੂੰਹ 'ਚ ਪਵਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਅੱਜ ਉੱਤੇ ਗੁਰਦੁਆਰਾ ਸਾਹਿਬ ਬਣਿਆ ਜੀ, ਉਹਦੇ ਦਰਸ਼ਨ ਕਰਦੇ ਹਾਂ ਆਪਾਂ ਚੱਲ ਕੇ ਜੀ। ਇਹ ਬਣਿਆ ਹੋਇਆ ਥੱਲੇ ਲੰਗਰ ਹਾਲ ਜੀ, ਪ੍ਰਸ਼ਾਦਾ ਪਾਣੀ ਛਕਣਾ ਹੋਵੇ ਛੱਕ ਸਕਦੇ ਹੋ। ਚੱਲਦੇ ਉੱਤੇ ਸਥਾਨ ਦੇਖਦੇ ਹਾਂ ਬਾਬਾ ਜੀ ਦਾ ਜੀ। ਇਹ ਨਾ ਜਿਸ ਜਗ੍ਹਾ ਦੇ ਉੱਤੇ ਆ ਨਿਸ਼ਾਨ ਸਾਹਿਬ ਲੱਗਿਆ ਹੋਇਆ ਆ, ਇਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜੀ। ਅਤੇ ਬੱਚੇ ਦਾ ਕਾਲਜਾ ਬਾਬਾ ਜੀ ਦੇ ਮੂੰਹ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਾਇਆ ਗਿਆ ਸੀ ਜੀ। ਇਹ ਉਹ ਸਥਾਨ ਆ ਜੀ। ਉਹ ਨੁਕਰਾਨੀਆਂ 'ਤੇ ਵੇਖ ਸਕਦੇ, ਇੱਥੇ ਉਹ ਦਰਵਾਜ਼ੇ ਦਾ ਉਹ ਹੀ ਜਿੱਦਾਂ ਉਹਦੇ ਵਿੱਚ ਲੱਗੇ ਹੁੰਦੇ ਸਾਰੇ ਉਹਦੇ ਦਰਵਾਜ਼ੇ ਦੀਆਂ ਨੁਕਰਾਨੀਆਂ ਸੀ। ਆਹ ਜਦੋਂ ਆਪਾਂ ਮਹਿਰੌਲੀ ਪਿੰਡ ਦੇ ਵਿੱਚ ਆਪਾਂ ਵੜਦੇ ਹਾਂ ਦਾਖਲ ਹੁੰਦੇ ਹਾਂ ਅਤੇ ਇੱਥੇ ਬਾਬਾ ਜੀ ਨੂੰ ਸ਼ਹੀਦ ਕੀਤਾ ਸੀ ਮੇਨ ਦਰਵਾਜ਼ਾ। ਹਾਂਜੀ, ਮਹਿਰੌਲੀ ਪਿੰਡ ਦਾ ਇਹ ਦਰਵਾਜ਼ਾ ਸੀ ਇੱਥੇ, ਅਤੇ ਸਾਹਮਣੇ ਦਰਗਾਹ ਹੀ ਹੁੰਦੀ ਅਤੇ ਉੱਥੇ ਉਰਸ ਲੱਗਦਾ ਕਾਫੀ ਵੱਡਾ ਜੂਨ ਦੇ ਮਹੀਨੇ, ਅਤੇ ਉਹ ਮੁਸਲਮਾਨ ਤਬਕੇ ਦੇ ਅੱਗੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਸੀ ਤੇਰੀਆਂ ਨਸਲਾਂ ਰਾਜ ਕਰਨਗੀਆਂ ਸਾਰੀ ਉਮਰ ਹੀ। ਪਰ ਬਾਬਾ ਜੀ ਨੇ ਇਹ ਨੀ ਮਨਜ਼ੂਰ ਕੀਤਾ, ਉਹਨਾਂ ਨੇ ਕਿਹਾ ਕਿ ਮੈਂ ਆਪਣੇ ਗੁਰੂ ਜੀ ਸ਼ਹੀਦ ਹੋਣਾ ਮਨਜ਼ੂਰ ਕਰੂੰਗਾ, ਮੈਂ ਤੇਰੇ ਅਰਗੇ ਪਾਪੀ ਦੇ ਗੱਲਾਂ ਵਿੱਚ ਨਹੀਂ ਆਉਂਦਾ। ਇਹ ਸ਼ਹੀਦੀ ਗੇਟ ਸੀ ਜਿਹੜਾ, ਇਹ ਗੇਟ ਅਸੀਂ ਇਹ ਬਣਿਆ ਹੋਇਆ ਮਹਿਰੌਲੀ ਪਿੰਡ ਨੂੰ ਜਦੋਂ ਵੜਦੇ ਸੀ ਨਾ ਤਾਂ ਵੱਡਾ ਗੇਟ ਸੀ। ਉਹਦੀਆਂ ਸੀੜੀਆਂ 'ਚ ਵੀ ਮੌਜੂਦ ਨੇ ਇਹ, ਆਹਨ ਉੱਪਰ ਨੂੰ ਜਾਂਦੀਆਂ ਸੀੜੀਆਂ ਦੇਖਦੇ ਹਾਂ ਆਪਾਂ, ਤੁਹਾਨੂੰ ਚੱਲ ਕੇ ਚੜ੍ਹੇ ਜਾਂਦੇ ਹਾਂ ਉੱਪਰ ਨੂੰ। ਇਹ ਗੇਟ ਦੇ ਉੱਤੇ ਜਾਣ ਨੂੰ ਸੀੜੀਆਂ ਸੀਗੀਆਂ ਜੀ। ਇਹ ਬਣਾਈ ਹੋਈ ਬਾਬਾ ਜੀ ਦੀ ਜੀ, ਜੋਤ ਜਗਦੀ ਆ। ਪੁਰਜਾ ਕੱਟ ਮੇਰੇ ਕਬਹੁਣਾ ਛਾਟੇ ਖੇਤ, ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜੀ। ਇਹ ਥਲੜੇ ਪਾਸੇ ਦਾ ਦ੍ਰਿਸ਼ ਆ ਜੀ,
ये उपर तो पौड़ियाँ ने जी थले जाए ने बाबा पौड़ी ने सीधी जी पौड़ी है जी ये वो गेट आ जी जिदे जी बाबा बंदा सिंह बहादुर जी ने शहीद किया गया जी। हम आप चलते हैं जी दरबार हाल की तरफ, आओ जी उत्ते चल रहा कीर्तन जी। ये आ जी सामने अस्थान, तो अस्थान तो आ जाता राह आ जी, राह कोई बहुता वधिया तो है नहीं जी, बन रहा यह फिलहाल तो पट्टिया होया सारा यह राह, पर बहुत बड़ी कुरबानी की बाबा बंदा सिंह बहादुर जी ने जी। ये आप जो गुरद्वारा साहब तो बाहर आ जाने दर्शन करके जी, ये सामने मार्केट बनी हुई है जी, गुरद्वारा साहब के अंदर जाने बाहर मार्केट बनी हुई है। यह महरौली पिंड हुंदा सी पहला जी, हुण तां शहर दे विच तब्दील हो गया, जदों बाबा जी की शहीदी हुई आ उदों महरौली पिंड सीगा जी। ये सामने मार्केट आ जी, सामने जी पुलिस स्टेशन बनिया होया, वह महरौली का सामने पुलिस स्टेशन आ जी, उतों अंदर नूं राह आउंदा जी, ये ते आ जांदा राह अंदर नूं जी, आ बोर्ड आ जी, बोर्ड तों अंदर नूं राह जांदा आ। आपां जी हुण धन धन बाबा बंदा सिंह जी बहादुर जिन्हां ने बहुत वड्डी कुरबानी कीती आ जी सिख धर्म लई, उहनां दे इस स्थान की वीडियो करदे आ खत्म जी, फिर मिलांगे किसी होर धार्मिक स्थान ते जी, बने रहियो साडे नाल ते साडी दिल्ली दी पूरी प्लेलिस्ट जरूर देखियो जी। वाहिगुरू जी का खालसा जी, वाहिगुरू जी की फतेह जी।